ਇੱਕ ਕਮਰਾ ਸਤਿਗੁਰੂ ਜੀ ਦੇ ਪਿਆਰ ਵਿੱਚ ਬਾਣੀ ਪੜ੍ਹਨ ਵਾਸਤੇ ਨਹੀਂ ਬਣਾਇਆ। ਤੇਰੇ ਘਰ ਚ ਗੁਰੂ ਨੂੰ ਥਾਂ ਨਹੀਂ ਤੇ ਤੇਰੀ ਕੋਠੀ ਦਾ ਕੋਈ ਫਾਇਦਾ ਨਹੀਂ, ਕੰਗਾਲ। ਭਾਈ ਰਘਵੀਰ ਸਿੰਘ ਵੀਰ ਕਹਿੰਦੇ ਨੇ ਮੇਰੇ ਘਰ ਵਿੱਚ ਬਾਣੀ ਪੜ੍ਹਨ ਵਾਲਾ ਕਮਰਾ ਹੈ, ਮੈਂ ਉਸ ਕਮਰੇ ਵਿੱਚ ਜਦੋਂ ਵੜਨਾ ਤੇ ਮੈਨੂੰ ਏਦਾਂ ਲੱਗਦਾ ਮੈਂ ਕਿਸੇ ਤੀਰਥ ਤੇ ਆ ਗਿਆ। ਉਹ ਕਮਰਾ ਮੈਨੂੰ ਮੇਰੀ ਕੋਠੀ ਦਾ ਕਮਰਾ ਲੱਗਦਾ ਹੀ ਨਹੀਂ, ਕਿਉਂਕਿ ਉੱਥੇ ਭਜਨ ਕੀਤਾ ਜਾਂਦਾ। ਕਈਆਂ ਨੇ ਕਮਰੇ ਬਣਾਏ ਵੀ ਹੁੰਦੇ ਆ, ਆ ਜੀ ਪੂਜਾ ਰੂਮ ਹੈ, ਜਿਹੜਾ ਕਿਸੇ ਹਿਸਾਬ ਚ ਨਾ ਆਵੇ ਪੌੜੀਆਂ ਥੱਲੇ ਕਹਿਣਗੇ ਬਾਬੇ ਦਾ ਕਮਰਾ ਇਹ ਬਣਾ ਦਿਓ। ਇੱਥੇ ਏਦਾਂ ਨਹੀਂ, ਇੱਕ ਪਾਠ ਕਰਨ ਵਾਲਾ ਸਿਮਰਨ ਕਰਨ ਵਾਲਾ ਕਮਰਾ ਹੋਵੇ, ਉਹਦੇ ਵਿੱਚ ਬੈਠ ਕੇ ਕਰੀਏ ਵੀ ਭਜਨ, ਤੇ ਉੱਥੇ ਇੱਦਾਂ ਦੀਆਂ ਤਰੰਗਾਂ ਇੱਦਾਂ ਦੀਆਂ ਵੇਵਸ ਹੁੰਦੀਆਂ ਨੇ ਕਿ ਉੱਥੇ ਜਾਈਏ ਮਨ ਸ਼ਾਂਤ ਹੁੰਦਾ ਹੈ। ਉਹ ਕਮਰੇ 'ਚ ਜੁੱਤੀ ਲੈ ਕੇ ਨਾ ਵੜੀਏ, ਸਿਰ ਢੱਕ ਕੇ ਜਾਈਏ, ਉੱਥੇ ਬੈਠ ਕੇ ਸਵੇਰੇ ਘੰਟਾ ਲਾਇਆ ਹੋਵੇ ਉਹਦੇ ਕਮਰੇ ਦੇ ਵਿੱਚ, ਉੱਦਾਂ ਦੀਆਂ ਤਰੰਗਾਂ ਫੈਲ ਜਾਂਦੀਆਂ ਨੇ, ਉੱਥੇ ਫਿਰ ਮਨ ਲੱਗੇਗਾ। ਜਿਹੜੇ ਹੁਣ ਤੁਸੀਂ ਬੈਠ ਕੇ ਬੈੱਡ ਦੇ ਉੱਤੇ ਸ਼ਰਾਬ ਰਾਤ ਨੂੰ ਪੀਤੀ ਹੋਵੇ, ਸਵੇਰੇ ਉਹਦੇ ਉੱਤੇ ਬੈਠ ਕੇ ਨਿਤਨੇਮ ਕਰਨ ਦਾ ਕੀ ਰਸ ਆਏ ਉਸੇ ਬੈੱਡ ਤੇ, ਉਹਨਾਂ ਚਾਦਰਾਂ ਤੇ, ਉਹਨਾਂ ਕਮਰਿਆਂ 'ਚ। ਇਸ ਕਰਕੇ ਭਜਨ ਕਰਨ ਵਾਸਤੇ ਕੋਈ ਜਗ੍ਹਾ ਬਣਾ ਲੈਣੀ ਚਾਹੀਦੀ ਜਿੱਥੇ ਬੈਠ ਕੇ ਭਜਨ ਕਰੇ। ਆਸਣ ਰੱਖੋ, ਵਿਛਾਲੋ, ਚੌਂਕੜਾ ਮਾਰ ਕੇ ਬਹਿ ਜਾਓ। ਏਦਾਂ ਦਾ ਆਸਣ ਰੱਖੋ ਵੀ ਬਹੁਤਾ ਪੋਲੇ ਤੇ ਬਹਿ ਜਾਓਗੇ ਤਾਂ ਵੀ ਲੱਤਾਂ ਦਰਦ ਹੋਣੀਆਂ ਸ਼ੁਰੂ ਹੋ ਜਾਂਦੀਆਂ। ਏਦਾਂ ਦਾ ਬਸ ਕੰਬਲ ਵਗੈਰਾ ਥੱਲੇ ਵਿਛਾ ਕੇ ਬਹਿ ਜਾਓ ਚੌਂਕੜਾ ਮਾਰ ਕੇ। ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਸਿਆਲ ਆ ਗਿਆ, ਭਜਨ ਕਰਨ ਵਾਲਿਆਂ ਨੂੰ ਮੌਜਾਂ ਲੱਗ ਜਾਂਦੀਆਂ ਨੇ ਵੀ ਹੁਣ ਮੱਛਰ ਮੱਖੀ ਤੰਗ ਨਹੀਂ ਕਰਦੀ, ਰਾਤਾਂ ਲੰਮੀਆਂ ਨੇ, 9 ਵਜੇ ਵੀ ਸੌਂ ਜਾਓ ਤਾਂ ਵੀ 4 ਵਜੇ ਉੱਠਿਆ ਜਾ ਸਕਦਾ ਜੇ 7 ਘੰਟੇ ਵੀ ਬੰਦਾ ਸੌਵੇ। ਵੈਸੇ 6 ਘੰਟੇ ਦੀ ਨੀਂਦਰ ਬਹੁਤ ਹੁੰਦੀ ਹੈ, 6 ਤੋਂ ਅਗਲੇ ਤੇ ਅੱਗੇ ਜਾ ਕੇ ਤੇ ਅਗਲੀ ਸ਼ਿਫਟ ਸ਼ੁਰੂ ਹੋ ਜਾਂਦੀ ਹੈ। 6 ਘੰਟਿਆਂ ਤੋਂ ਵੱਧ ਸੌਣਾ ਤੇ ਮੂਰਖਾਂ ਡੰਗਰਾਂ ਵਾਲਾ ਕੰਮ ਹੈ। ਕਈ ਬੰਦੇ 12-12 ਘੰਟੇ ਸੁੱਤੇ ਰਹਿੰਦੇ ਅੱਜ ਕੱਲ੍ਹ, 8 ਵਜੇ ਸੌਣਗੇ ਸਵੇਰੇ 8 ਵਜੇ ਉੱਠਣਗੇ, ਤੇ ਰਜਾਈਆਂ ਵਿੱਚ ਹੀ ਚਾਹ ਬੀਬੀਆਂ ਲਈ ਫਿਰਨੀਆਂ, ਪੁੱਤ ਮੂੰਹ ਧੋ ਲੈ ਅੰਦਰ ਹੀ। ਸਾਡੀਆਂ ਬੀਬੀਆਂ ਵੀ ਉਹ ਵੀ ਬੱਠਲ ਅੰਦਰ ਹੀ, ਲੈ ਪੁੱਤ ਲੈ ਪਰ ਮੂੰਹ ਧੋ ਲੈ। ਸ਼ੇਰਾਂ ਨੇ ਵੀ ਕਦੀ ਮੂੰਹ ਧੋਤੇ? ਅੱਗੇ ਸ਼ੇਰ ਲੱਭਦੇ ਸੀ ਜੰਗਲਾਂ ਚ, ਅੱਜ ਕੱਲ ਜੁੱਲਿਆਂ ਚ ਬੜੇ ਫਿਰਦੇ ਸ਼ੇਰ। ਹਿੰਮਤੀ ਚਾਹੀਦਾ ਗੁਰੂ ਕਾ ਸਿੰਘ। ਜਿਹੜੇ ਜਿਹੜੇ ਬੰਦੇ ਚ ਸਵੇਰੇ ਉੱਠ ਕੇ ਇਸ਼ਨਾਨ ਕਰਨ ਦੀ ਹਿੰਮਤ ਨਹੀਂ ਉਹ ਫਿਰ ਹੋਰ ਕੀ ਕਰੇਗਾ। 5 ਗੁਣ ਨੇ ਪਿਆਰੇ, ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ। ਦਇਆ, ਧਰਮ, ਹਿੰਮਤ, ਮੋਹਕਮ ਦਾ ਅਰਥ ਹੈ ਦ੍ਰਿੜਤਾ, ਸਾਹਿਬੀ ਦੇ ਅਰਥ ਕੌਨਫੀਡੈਂਸ, ਸਰਦਾਰੀ। ਇਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਗੁਣ ਦਿੱਤੇ ਆ 5 ਪਿਆਰੇ, ਉਹਨਾਂ ਵਿੱਚ ਹਿੰਮਤ ਵੀ ਹੈ। ਜਿਹੜਾ ਹਿੰਮਤੀ ਨਹੀਂ ਉਹ ਕਿੱਧਰ ਦਾ ਖਾਲਸਾ ਹੈ? ਆਲਸੀ ਹੋਣਾ ਵੀ ਪਾਪ ਹੈ, ਆਲਸੀ ਹੋਣਾ ਵੀ ਇੱਕ ਤਰ੍ਹਾਂ ਨਾਲ ਪਾਪ ਹੈ। ਜਿਹੜੇ ਬੰਦੇ 'ਚ ਇਸ਼ਨਾਨ ਦੀ ਹਿੰਮਤ ਨਹੀਂ ਉਹ ਕਰੇਗਾ ਕੀ? ਤੇ ਆਪਾਂ ਵੇਖਦੇ ਹਾਂ ਇੱਕ ਤੋਂ ਇੱਕ ਨੇ ਘਰ ਵਿੱਚ ਕਈਆਂ ਦੇ, ਤੇ ਇੱਕ ਵੀ ਗੁਰਸਿੱਖ ਨਹੀਂ ਦਰਸ਼ਨੀ ਵੀ ਜਿਹਦੇ ਸਵੇਰੇ ਉੱਠ ਕੇ ਦਰਸ਼ਨ ਨਹੀਂ ਕਰ ਲਓ ਵੀ ਇੱਕ ਤੇ ਹੋਵੇ ਬਾਣੀ ਪੜ੍ਹਨ ਵਾਲਾ ਸਾਰੇ ਟੱਬਰ 'ਚੋਂ ਇੱਕ ਹੋਵੇ। ਆਪਾਂ ਇਹ ਨਾ ਸੋਚੀਏ ਵੀ ਸਾਡੇ ਟੱਬਰ 'ਚ ਕਿਹੜਾ ਹੈ, ਆਪ ਹੀ ਬਣੋ ਜਿੰਨੇ ਬੈਠੇ ਵੀ ਅਸੀਂ ਘੱਟ ਤੋਂ ਘੱਟ ਆਪ ਹੀ ਇੰਨੇ ਜੋਗੇ ਬਣੀਏ ਵੀ ਸਵੇਰੇ ਇਸ਼ਨਾਨ ਕਰਨਾ ਹੈ, ਭਜਨ ਵਿੱਚ ਬਹਿਣਾ ਹੈ। ਤੇ ਮੈਂ ਇੱਕ ਗੱਲ ਮੈਂ ਮੰਨਦਾ ਹੁੰਦਾ, ਮੈਂ ਜਦੋਂ ਵੀ ਮਾਝੇ 'ਚ ਜਾਵਾਂ, ਸਾਡੀਆਂ ਕੈਸਟਾਂ 'ਚ ਸੁਣ ਲਓ, ਦੁਆਬੇ 'ਚ ਜਾਵਾਂ, ਮੈਂ ਇਹ ਗੱਲ ਕਹਿੰਦਾ ਹੁੰਦਾ ਵੀ ਮਾਲਵੇ ਦੇ ਲੋਕ ਤੇ ਨੇ ਸਿੱਧੇ ਇਹਦੇ ਪਾਸੇ ਪੈ ਜਾਣ, ਫਿਰ ਸਿੱਧੇ ਹੋ ਕੇ ਹੀ ਪੈ ਜਾਂਦੇ, ਸਿੱਧੇ ਹੋ ਕੇ। ਜਾਂ ਤੇ ਅੰਮ੍ਰਿਤ ਛਕਣਗੇ ਨਹੀਂ, ਜੇ ਛਕਣਗੇ ਫਿਰ ਪਰਨਾ ਵੀ ਕੇਸਰੀ ਖੱਟੇ ਰੰਗ ਦਾ ਗਲ 'ਚ ਹੀ ਰੱਖਦੇ ਨੇ ਪੱਕਾ ਹੀ, ਫਿਰ ਜਾਂ ਤੇ ਛਕਦੇ ਹੀ ਨਹੀਂ, ਜਾਂ ਛਕਦੇ ਨੇ ਫਿਰ ਪੱਕਾ ਹੀ ਛਕ ਲੈਣਗੇ, ਫਿਰ ਛੇਤੀ ਛੇਤੀ ਪਿੱਛੇ ਨਹੀਂ ਮੁੜਦੇ, ਜਿੱਧਰ ਨੂੰ ਪੈ ਜਾਣ ਫਿਰ ਚੰਗੀ ਤਰ੍ਹਾਂ ਹੀ ਲੱਗਦੇ ਨੇ। ਇਹ ਮੈਂ ਮਾਝੇ 'ਚ ਵੀ ਦੱਸਦਾ ਹੁੰਦਾ ਜਦੋਂ ਜਾਵਾਂ ਵੀ ਲੱਗਦੇ ਨੇ ਤੇ ਸਿੱਧੇ ਹੀ ਲੱਗਦੇ ਨੇ। ਤੇ ਗੱਲ ਕਹਿਣਗੇ ਸਿੱਧੇ ਸਾਦੇ ਲੋਕ ਆ, ਸਿੱਧਿਆਂ ਵੱਲ ਹੀ ਰੱਬ ਸਿੱਧਾ ਹੈ ਪਿਆਰੇ।
ਜਿੰਨੇ ਬਲਵਿੰਗ ਹੋਣਗੇ ਰੱਬ ਵੀ ਓਨਾ ਹੀ ਦੂਰ ਹੈ। ਜਿੰਨਾ ਜਿਹਦਾ ਮਨ ਸਿੱਧਾ ਹੋਏਗਾ ਨਾ ਓਨੀ ਉਹਦੇ ਤੇ ਬਖਸ਼ਿਸ਼ ਜ਼ਿਆਦਾ ਹੋਏਗਾ, ਓਨੀ ਜ਼ਿਆਦਾ ਕਿਰਪਾ ਹੋਏਗਾ। ਇਸ ਕਰਕੇ ਮੈਂ ਅਰਜ਼ ਕਰਦਾ ਸਾਂ ਚੌਂਕੜਾ ਮਾਰ ਕੇ ਸਵੇਰੇ ਘੰਟਾ ਅੱਧਾ ਘੰਟਾ ਜ਼ਰੂਰ ਲਾਇਆ। ਇਹ ਨਹੀਂ ਮੈਂ ਅੱਗੇ ਵੀ ਬੜੀ ਵਾਰੀ ਆਖਿਆ ਪਹਿਲੇ ਦਿਨ ਘੰਟਾ ਬਹਿ ਜਾਓ, ਅਗਲੇ ਦਿਨ ਲੱਤਾਂ ਇੰਨੀਆਂ ਦੁਖਣ ਵੀ ਇੱਕ ਮਿੰਟ ਵੀ ਨਾ ਬੈਠਾ, ਇੱਕ ਮਿੰਟ ਵੀ ਨਾ ਬੈਠਾ। ਸ਼ੁਰੂ ਕਰੋ 10 ਮਿੰਟ ਤੋਂ ਵੀ 10 ਮਿੰਟ ਬਹਿਣਾ ਹੈ, ਅੱਖਾਂ ਬੰਦ ਕਰਕੇ ਬੋਲ ਕੇ ਵਾਹਿਗੁਰੂ ਵਾਹਿਗੁਰੂ ਕਰੋ। ਹੁਣ ਕਈ ਬੰਦੇ ਸਾਨੂੰ ਵੀ ਪੁੱਛਦੇ ਨੇ ਬਾਬਾ ਜੀ ਨਾਮ ਜਪਣ ਦੀ ਜੁਗਤੀ ਦੱਸੋ। ਜੁਗਤੀ ਵੈਸੇ ਠੀਕ ਹੈ ਕਿ ਭਜਨ ਕਰਨ ਦੀਆਂ ਜੁਗਤੀਆਂ ਬਣੀਆਂ ਨੇ, ਬਹੁਤ ਸਾਰੇ ਮੈਥਡ ਹਨ, ਬੜੇ ਤਰੀਕੇ ਹਨ ਰੱਬ ਰੱਬ ਕਰਨ ਦੇ, ਬੜੇ ਢੰਗ ਜੁਗਤੀ ਹੈ। ਪਰ ਇੱਕ ਗੱਲ ਧਿਆਨ ਚ ਪੱਕੀ ਰੱਖੋ ਕਿ ਜਿਹੜੇ ਬੰਦੇ ਨੂੰ ਭੁੱਖ ਲੱਗੀ ਹੋਵੇ, ਅੱਤ ਦੀ ਭੁੱਖ ਲੱਗੀ ਹੋਵੇ, ਅੱਤ ਦੀ, ਉਹ ਜਦੋਂ ਵੀ ਕੋਈ ਕੁਛ ਵੀ ਤੁਹਾਨੂੰ ਭੁੱਖ ਲੱਗੀ ਹੈ, ਤੁਸੀਂ ਜਿਹੜਾ ਵੀ ਕੰਮ ਕਰਦੇ ਹੋ, ਤੁਹਾਨੂੰ ਰੋਟੀ ਦਾ ਚੇਤਾ ਆਈ ਜਾਵੇ ਕਦੋਂ ਪ੍ਰਸ਼ਾਦਾ ਪੱਕੇਗਾ, ਘਰ ਵਾਲੀ ਬਣਾ ਵੀ ਰਹੀ ਕਦੋਂ ਬਣੇਗਾ, ਕਿੰਨਾ ਕੁ ਟਾਈਮ ਲੱਗੂ ਉਹਦੇ ਪ੍ਰਸ਼ਾਦੇ ਨੂੰ। ਧਿਆਨ ਸਾਡਾ ਪ੍ਰਸ਼ਾਦੇ ਪ੍ਰਸ਼ਾਦੇ ਰੋਟੀ 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 ਰੋਟੀ, ਅਸੀਂ ਸਿਮਰਨ ਹੀ ਰੋਟੀ ਦਾ ਸ਼ੁਰੂ ਕਰ ਲਿਆ। ਜਿਹੜੇ ਬੰਦੇ ਨੂੰ ਪਿਆਸ ਲੱਗਦੀ ਹੈ ਨਾ ਪਿਆਸ, ਉਹ ਪਾਣੀ 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 ਉਹਨੂੰ ਚੇਤਾ ਆਉਣ ਲੱਗ ਪੈਂਦਾ ਹੈ। ਜਿਹੜੇ ਬੰਦੇ ਨੂੰ ਵੈਰਾਗ ਲੱਗ ਜਾਏ ਨਾ, ਉਹਨੂੰ ਕਿਸੇ ਜੁਗਤੀ ਦੀ ਲੋੜ ਨਹੀਂ ਪੈਂਦੀ, ਉਹ ਆਪੇ ਹੀ ਵਾਹਿਗੁਰੂ ਵਾਹਿਗੁਰੂ ਚੱਲ ਪੈਂਦਾ ਹੈ। ਵੈਰਾਗ ਭੁੱਖ, ਇਹ ਤੁਹਾਨੂੰ ਲੱਗੀ ਹੈ ਭੁੱਖ, ਤੁਹਾਡੇ ਅੱਗੇ ਥਾਲਾ ਪ੍ਰਸ਼ਾਦੇ ਦਾ ਰੱਖਿਆ ਹੈ ਤੇ ਤੂੰ ਸੋਚੀ ਪੁੱਛੀ ਜਾਏ ਕਿਸੇ ਬੰਦੇ ਤੋਂ, ਕਿਸੇ ਨੂੰ ਪੁੱਛੇ ਕਿ ਇਹ ਦੱਸੋ ਜੀ ਫਿਰ ਗ੍ਰਾਹੀ ਕਿਵੇਂ ਤੋੜਾਂ, ਫਿਰ ਅਚਾਰ ਪਹਿਲਾਂ ਲਾਵਾਂ ਕਿ ਸਬਜ਼ੀ ਨੂੰ ਕਿਵੇਂ ਫਿਰ ਰਾਇਤਾ ਬਾਅਦ ਚ ਖਾਵਾਂ, ਉਹ ਆਪਾਂ ਕਹਾਂਗੇ ਐਵੇਂ ਟਕਵੰਜ ਕਰਦਾ, ਇਹਨੂੰ ਭੁੱਖ ਹੀ ਨਹੀਂ ਹੈ। ਭੁੱਖ ਹੋਏਗੀ, ਭੁੱਖ ਹੋਏਗੀ ਫਿਰ ਸ਼ਰਮ ਨਹੀਂ ਹੋਏ। ਜਿਹੜੇ ਬੰਦੇ ਨੂੰ ਭੁੱਖ ਲੱਗੀ ਹੋਵੇ ਨਾ, ਉਹ ਤੇ 100 ਬੰਦੇ ਵਿੱਚ ਬੈਠਾ ਹੈ, ਉਹਨੂੰ ਕੋਈ ਸ਼ਰਮ ਨਹੀਂ, ਉਹਨਾਂ ਦੇ ਛੇਤੀ ਛੇਤੀ ਲੱਗ ਜਾਣਾ ਹੈ। ਬਸ ਜਿਹਨੂੰ ਭੁੱਖ ਲੱਗੀ ਹੈ, ਜਿਹਨੂੰ ਨਹੀਂ ਭੁੱਖ, ਪਾਣੀ ਕੋਲ ਸਾਹਮਣੇ ਪਿਆ ਪਿਆਸਾ ਹੋਵੇ ਬੰਦਾ, ਉਹ ਪੁੱਛੇਗਾ ਨਹੀਂ ਵੀ ਕਿਵੇਂ ਪੀਵਾਂ, ਉਹਨੇ ਤੇ ਚੁੱਕਣਾ ਪੀਣ ਲੱਗ ਜਾਣਾ। ਜਿਹੜੇ ਬੰਦੇ ਨੂੰ ਭੁੱਖ ਲੱਗ ਜਾਏ ਨਾ ਨਾਮ ਜਪਣ ਦੀ, ਉਹ ਤੇ ਆਪਣੇ ਆਪ ਹੀ ਮਹਾਰਾਜ ਦੀ ਕਿਰਪਾ ਨਾਲ ਲੱਗ ਜਾਂਦਾ। ਪਰ ਇੱਕ ਖਾਸ ਜਿਹੜੀ ਜੁਗਤੀ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਡਾਇਰੈਕਸ਼ਨ ਜਗ੍ਹਾ ਜਗ੍ਹਾ ਤੇ ਸਾਨੂੰ ਦਿੰਦੀ, ਮਹਾਰਾਜ ਥਾਂ ਥਾਂ ਤੇ ਸਮਝਾਉਂਦੇ ਹੈ, ਧੁਨ ਮਹਿ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਸਭ ਨਾਲੋਂ ਵੱਡਾ ਜਿਹੜਾ ਸਿਮਰਨ ਦਾ ਸਾਧਨ ਹੈ ਉਹ ਹੈ ਕਿ ਧਿਆਨ ਧੁਨ ਦਾ ਰੱਖਣਾ ਹੈ। ਧੁਨ ਕੀ ਹੈ? ਵਾਹਿਗੁਰੂ। ਆ ਜਿਹੜੀ ਆਵਾਜ਼ ਹੈ ਨਾ, ਸਾਊਂਡ ਸਾਊਂਡ ਆਵਾਜ਼, ਇਹਨੂੰ ਕਹਿੰਦੇ ਨੇ ਧੁਨ। ਜਦੋਂ ਅਸੀਂ ਕਹਿਣਾ ਹੈ ਨਾ ਵਾਹਿਗੁਰੂ, ਆਪਣੀ ਨਿਕਲੀ ਆਵਾਜ਼ ਨੂੰ ਆਪ ਹੀ ਸੁਣਨਾ ਹੈ, ਉਹਦੇ ਵਿੱਚ ਹੀ ਆਪਣਾ ਧਿਆਨ ਕੇਂਦਰਿਤ ਕਰਨਾ। ਸ਼ੁਰੂਆਤ ਕਿਵੇਂ ਕਰਨੀ? ਚੌਂਕੜਾ ਮਾਰ ਕੇ ਬੈਠੋ, ਅੱਖਾਂ ਬੰਦ ਕਰ ਲਓ, ਓਨਾ ਕੁ ਬੋਲੋ ਜਿੰਨਾ ਕੁ ਆਪ ਨੂੰ ਸੁਣੇ। ਗਵਾਂਢੀਆਂ ਨੂੰ ਤੰਗ ਨਾ ਕਰੋ, ਪਰਿਵਾਰ ਵਿੱਚ ਇੱਕ ਵਾਰੀ ਆਵਾਜ਼ਾਂ ਦੇ ਦਿਓ, ਉੱਠੋ ਭਾਈ ਇਸ਼ਨਾਨ ਕਰ ਲਓ। ਜੇ ਕੋਈ ਉੱਠ ਪਏ ਚੰਗੀ ਗੱਲ ਹੈ, ਨਹੀਂ ਉੱਠਦਾ ਤੇ ਸਵੇਰੇ ਅੰਮ੍ਰਿਤ ਵੇਲੇ ਨੂੰ ਜ਼ਹਿਰ ਨਾ ਬਣਾਇਆ ਕਰ, ਗਾਲਾਂ ਲੱਗ ਪੈਣਗੇ ਕੱਢਣ, ਮੈਂ ਇਕੱਲਾ ਹੀ ਉੱਠਿਆ ਫਿਰਨਾ, ਉੱਠਦੇ ਨਹੀਂ, ਮੈਂ ਇਕੱਲਾ ਹੀ ਤੁਰਿਆ ਫਿਰਦਾ। ਉਹ ਕੋਈ ਉੱਠਦਾ ਉੱਠੇ, ਨਹੀਂ ਉੱਠਦਾ ਨਾ ਉੱਠੇ, ਤੂੰ ਆਪਣਾ ਅੰਮ੍ਰਿਤ ਵੇਲਾ ਖਰਾਬ ਨਾ ਕਰ, ਰਸ ਬਣਿਆ ਰਹਿਣ ਦੇ। ਚੌਂਕੜਾ ਮਾਰ ਕੇ ਬਹਿ ਜਾ, ਇੱਕ ਵਾਰੀ ਕਹਿ ਦੇ ਜਿਹੜਾ ਉੱਠਦਾ ਠੀਕ ਹੈ, ਨਹੀਂ ਤੇ ਉਹਨਾਂ ਲਈ ਅਰਦਾਸ ਕਰ ਵੀ ਮਹਾਰਾਜ ਮੈਨੂੰ ਉਠਾਇਆ, ਇਹਨਾਂ ਤੇ ਵੀ ਹੌਲੀ ਹੌਲੀ ਕਿਰਪਾ ਕਰ ਦਿਓ। ਤੇ ਕਰਨਾ ਕੀ ਹੈ? ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਓਨਾ ਕੁ ਬੋਲ ਜਿੰਨਾ ਕੁ ਸੁਣੇ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ। ਆਪਣੀ ਆਵਾਜ਼ ਧਿਆਨ ਨਾਲ ਸੁਣੋ, ਉਹਦੇ ਵਿੱਚ ਧਿਆਨ ਜੋੜੋ। ਧੁਨ ਮਹਿ ਧਿਆਨ, ਧੁਨ ਵਿੱਚ ਧਿਆਨ ਹੋਣਾ ਉਸ ਆਵਾਜ਼ ਵਿੱਚ। ਤੇ ਉਹ ਆਵਾਜ਼ ਕਾਹਦੀ ਹੈ? ਉਹ ਗੁਰਮੰਤਰ, ਵਾਹਿਗੁਰੂ ਗੁਰਮੰਤਰ ਹੈ। ਜਪ ਹੋਮੇ ਖੋਈ, ਬਸ ਇੱਦਾਂ 10 ਮਿੰਟ ਬੈਠੋ ਇੱਕ ਮਹੀਨਾ, ਅਗਲੇ ਮਹੀਨੇ 10 ਮਿੰਟ ਹੋਰ ਵਧਾਓ, 20 ਮਿੰਟ ਕਰ ਦਿਓ, ਤੀਜੇ ਮਹੀਨੇ 'ਚ ਅੱਧਾ ਘੰਟਾ ਚੱਲਿਆ ਜਾਏਗਾ, ਉਦੋਂ ਅੱਗੇ 40 ਮਿੰਟ, ਬਸ ਫਿਰ 10-10 ਮਿੰਟ ਮਹੀਨੇ ਬਾਅਦ ਵਧਾਈ ਚੱਲੋ। 6 ਮਹੀਨਿਆਂ ਵਿੱਚ ਆਪਾਂ 1 ਘੰਟੇ ਤੇ ਪਹੁੰਚ ਜਾਵਾਂਗੇ। ਜਿਹੜਾ 1 ਘੰਟਾ ਸਵੇਰੇ ਸਿਮਰਨ ਕਰੇ ਨਾ ਪਿਆਰਿਓ, ਉਹਦਾ ਤਿਰੰਗੀ ਵੱਖਰਾ, ਉਹਦਾ ਤੇਜ ਨਹੀਂ ਝੱਲਿਆ ਜਾ ਸਕਦਾ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਤੇ ਜਿਹੜਾ ਸਿਮਰਨ ਕਰੇਗਾ ਉਹ ਵੀ ਸਭ ਤੋਂ ਉੱਚਾ ਹੋ ਜਾਏਗਾ, ਉਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਉਹਦਾ ਇੰਨਾ ਪ੍ਰਤਾਪ ਵੱਧ ਜਾਏਗਾ, ਤਪ ਤਾਪਨ ਤੇ ਤਪ ਤੇਜ ਵਧਾ, ਜਿੰਨਾ ਕੋਈ ਤਪ ਤਾਪਦਾ ਸਾਧਨਾ ਕਰਦਾ ਹੈ ਓਨਾ ਹੀ ਉਹਦਾ ਤਪ ਤੇਜ ਵਧਦਾ। ਇਸ ਕਰਕੇ ਜ਼ਰੂਰ ਸ਼ੁਰੂ ਕਰੋ। ਅੰਮ੍ਰਿਤਧਾਰੀ ਆ ਆਪਾਂ, ਇੱਥੇ ਨਹੀਂ ਖੜਨਾ ਵੀ ਮੈਂ ਗਾਤਰਾ ਪਾ ਲਿਆ ਜੀ, ਮੈਂ ਕਸ਼ਹਿਰਾ ਪਾ ਲਿਆ, ਮੈਂ ਕੜਾ ਪਾ ਲਿਆ, ਠੀਕ ਹੈ, ਰਹਿਤ ਮਰਿਆਦਾ ਰੱਖੀ ਹੈ, ਭਲਾ ਤੇਰਾ ਫੇਰ ਵੀ ਹੋ ਜਾਣਾ ਹੈ। ਪਰ ਜੇ ਅਨਹਦ ਨਾਮ ਸੁਣਨਾ ਚਾਹੁੰਦਾ ਹੈ, ਜੇ ਕੁਛ ਵੇਖਣਾ ਹੀ ਤੇ ਫਿਰ ਭਜਨ ਵਾਲੇ ਪਾਸੇ ਲੱਗ, ਜੇ ਕੁਛ ਵੇਖਣਾ ਹੀ ਤੇ ਫਿਰ ਭਜਨ ਵਾਲੇ ਪਾਸੇ ਲੱਗ, ਜੇ ਕੁਛ ਵੇਖਣਾ ਹੀ ਤੇ ਫਿਰ ਭਜਨ ਵਾਲੇ ਪਾਸੇ ਲੱਗ।